ਸ਼ੀਦਾ ਸਾਜਰ ਸਾਹਿਬ 98 ਰੁੜਕੇ ਤੋਂ ਸੂਫੀ ਅਨਵਰ ਸਾਹਿਬ ਸਾਡੇ ਜਿੰਨੇ ਵੀ ਇਸਤਾਂ ਦੇ ਲੱਜਾਂ ਦੇ ਪ੍ਰਾਹੁਣੇ ਆਪਣੇ ਬਹੁਤ ਸ਼ੁਕਰੀਆ ਜਨਾਬ ਤਸ਼ਰੀਫ ਆਦਈ ਦਾ। ਲਓ ਜੀ ਮੈਚ ਹੋ ਗਿਆ ਸ਼ੁਰੂ, ਕਬੱਡੀ ਅਨਸਰ ਡੋਗਰ ਨੰਬਰ ਹੋ ਗਿਆ ਜੀ ਅਨਸਰ ਡੋਗਰ ਦਾ। ਚਲੋ ਜੀ ਲਓ ਜੀ ਕਬੱਡੀ ਪਾਉਣ ਵਾਸਤੇ ਮੀਆਂ ਅਬਦੁਲ ਰਹਿਮਾਨ ਦਾ ਪੁੱਤ ਮੀਆਂ ਜ਼ਿਆ, ਮੀਆਂ ਵੈਸ ਲੱਗਾ ਸੀ ਅੱਗੇ ਵੀ ਮਹਿਰਾ ਦਾ ਪੁੱਤ ਲੱਗਾ ਸੀ ਲੇਕਿਨ ਨੰਬਰ ਹੋ ਗਿਆ ਮੀਆਂ ਜ਼ਿਆ ਦਾ। ਹੁਣ ਮੈਂ ਜੀ ਮੈਚ ਦੇਖਣਾ ਮੈਚ, ਕਬੱਡੀ ਵਾਲੇ ਜੁੜੋ ਕਬੱਡੀ ਵਾਲ, ਕਬੱਡੀ ਪਾਉਣ ਵਾਸਤੇ ਆ ਗਿਆ ਆਸਨ ਡੋਗਰ ਸਰਦਾਰ ਗੁਲਾਮ ਮੁਸਤਫਾ ਡੋਗਰ ਦਾ ਮੁੰਡਾ ਸ਼ਗਿਰਦ, ਅੱਗੇ ਕੰਨੀ ਤੇ ਜੱਤ ਖੜਾ ਈ, ਦੂਜੀ ਕੰਨੀ ਤੇ ਧਾਨਾ ਜੱਤ, ਵਿੱਚ ਗੁਜਰਾਂ ਦੇ ਦੋ ਸਕੇ ਵੀਰੇ ਖੜੇ ਆ, ਨੱਗਾ ਜੀ ਗੋਗਾ ਗੁੱਜਰ, ਗੋਗਾ ਗੁੱਜਰ ਅਲੀ ਗੁੱਜਰ ਦਾ ਨਿੱਕਾ ਵੀਰ ਆ ਮੁੰਡਾ ਗੋਗਾ ਗੁੱਜਰ ਤੇ ਆਸਨ ਡੋਗਰ, ਡੋਗਰ ਤੇ ਗੁੱਜਰ, ਡੋਗਰ ਤੇ ਗੁੱਜਰ, ਗੁੱਜਰ ਤੇ ਡੋਗਰ ਦਾ ਜੋੜ ਦੇਖੀਏ ਰਾ, ਜੀਓ ਡੋਗਰਾ ਜੀਓ ਗੁਜਰਾ। ਨੰਬਰ ਹੋ ਗਿਆ ਜੀ ਡੋਗਰ ਦਾ। ਨੱਕੀ ਮੌਕੇ ਦੇ ਨਾਲ ਸਾਡੇ ਇਸਤਾਂ ਨੇ ਵੀਰ ਅਪੜਿਆ ਅਵੈਸ ਖਿੱਚੀ ਤੇ ਮਾਈਆ ਜੀ ਓਏ, ਮੈਂ ਤੇ ਮਾਈਆ ਇੰਜ ਮਿਲ ਗਏ ਜਿਵੇਂ ਤਿੱਛ ਬਟਣਾ ਦੀ ਜੋੜੀ, ਸਾਡੇ ਉਹ ਮਾਈਆ ਆਪਣੇ ਨੱਕੀ ਮੌਕੇ ਦੇ ਨਾਲ। ਬਹੁਤ ਸ਼ੁਕਰੀਆ ਜੀ ਰਾਣਾ ਤੀਰ ਸਾਹਿਬ, ਉਹਨਾਂ ਨੂੰ 200 ਰੁਪਈਆ ਮੇਰੇ ਵਾਸਤੇ, ਸ਼ੁਕਰੀਆ ਜਨਾਬ ਮੁਹੱਬਤਾਂ ਦਾ। ਸ਼ਕੀਲ ਬੈਣ ਜੀ ਦੇ ਕਾਲ ਨਾ ਕਰ ਲਿਓ, ਕਬੱਡੀ ਪਾਉਣ ਵਾਸਤੇ ਫਾਹਦ ਡੋਗਰ, ਚਲੋ ਡੋਗਰਾ ਡੋਗਰ ਨੂੰ ਕਿਹੜਾ ਮੁੰਡਾ ਡੱਕੂਗਾ, ਧਾਨਾ ਜੱਟ ਡੱਕੂਗਾ, ਅਲੀ ਲਗਾ ਸੀ ਨਾਸਰ ਲਗਾ ਸੀ ਨਾਸਰ ਡੋਗਰ, ਨਾਸਰ ਡੋਗਰ ਲਗਾ ਸੀ ਲੇਕਿਨ ਨੰਬਰ ਹੋ ਗਿਆ ਫਾਹਦ ਡੋਗਰ ਦਾ। ਕਬੱਡੀ ਫਿਰ ਅਬਦੁਲ ਰਹਿਮਾਨ ਦੇ ਪੁੱਤ ਦੀ, ਚਲੋ ਮੀਆਂ ਜ਼ਿਆ ਸ਼ਲਾ ਦਿਆ ਪਾ ਕਬੱਡੀ, ਰਜ਼ਵਾਨ ਭਾਨੀ ਤੇ ਕਾਕਾ ਜੱਟ ਪੂਰਾ ਚਾਸ ਵਾਲਾ ਮੇਲਾ ਸਜਾਤਾ ਈ, ਰਾਣਾ ਜਾਫਾ ਬਲੈਕ ਐਂਡ ਵਾਈਟ, ਇੱਕ ਕਾਲਾ ਇੱਕ ਚਿੱਟਾ, ਨੰਬਰ ਹੋ ਗਿਆ ਜੀ ਮੀਏ ਜ਼ਿਆਦਾ। ਕਬੱਡੀ ਪਾਉਣ ਵਾਸਤੇ ਸਰਦਾਰ ਗੁਲਾਮ ਮੁਸਤਫਾ ਡੋਗਰ ਦਾ ਪੋਤਾ ਮੁੰਡਾ ਅਨਸਰ ਡੋਗਰ, ਅਨਸਰ ਡੋਗਰ ਨੂੰ ਲਗਾ ਧਾਨਾ ਜੱਟ, ਧਾਨਾ ਜੱਟ ਨੰਬਰ ਹੋ ਗਿਆ ਅਨਸਰ ਡੋਗਰ ਦਾ। ਬਹੁਤ ਸ਼ੁਕਰੀਆ ਜੀ ਸਾਡੇ ਇਸਤਾਂ ਦੇ ਲੱਜਾਂ ਦੇ ਵੀਰ ਨੱਕੀ ਕਮੋਕਾ, ਮੁਹੱਬਤਾਂ ਦਾ ਸ਼ੁਕਰੀਆ ਜਨਾਬ ਰਾਣਾ ਰਜ਼ਵਾਨ ਭਾਨੀ ਸਾਹਿਬ, ਮੁਹੱਬਤਾਂ ਦਾ ਸ਼ੁਕਰੀਆ। ਲੱਗਾ ਜੀ ਮੀਆਂ ਵੈਸ ਗਲਾਬੋ, ਮੀਆਂ ਵੈਸ ਗਲਾਬੋ ਤੇ ਹੱਸਾ ਗੁੱਜਰ, ਗੁੱਜਰ ਤੇ ਮੀਆਂ, ਗੁੱਜਰ ਤੇ ਮੀਆਂ, ਗੁੱਜਰ ਗੁੱਜਰ ਨੰਬਰ ਹੋ ਗਿਆ ਜੀ ਗੁੱਜਰ ਦਾ। ਬਹੁਤ ਸ਼ੁਕਰੀਆ ਜਨਾਬ ਖਾਨ ਅਕਬਰ ਅਲੀ ਭੋਲਾਵਾਨ ਤੇ ਖਾਨ ਅਵਾਨ, ਅਵਾਣਾ ਦੇ ਹੀਰੇ ਪੁੱਤ, ਮੁਹੱਬਤਾਂ ਦਾ ਸ਼ੁਕਰੀਆ। ਕਬੱਡੀ ਆਸਨ ਡੋਗਰ ਦੀ, ਅਲੀ ਗੁੱਜਰ, ਚੌਧਰੀ ਰਿਆਜ਼ ਗੁੱਜਰ ਤੇ ਚੌਧਰੀ ਸ਼ਾਹਦ ਗੁੱਜਰ, ਸਾਡੇ ਆਪਣੇ ਪਿੰਡ ਦੇ ਗੁੱਜਰਾਂ ਦੇ ਹੀਰੇ ਪੁੱਤ, ਉਹਨਾਂ ਦੀਆਂ ਮੁਹੱਬਤਾਂ ਦਾ ਸ਼ੁਕਰੀਆ। ਇਹ ਅਖਤਰ ਡੋਗਾ ਗੁੱਜਰ, ਨੰਬਰ ਹੋ ਗਿਆ ਜੀ ਆਸਨ ਡੋਗਰ ਦਾ, ਨੰਬਰ ਹੋ ਗਿਆ ਆਸਨ ਡੋਗਰ ਦਾ। ਚੱਲ ਵੀ ਸਕਲੈਨ ਛਿੰਦਾ ਜੱਟ, ਚਲੋ ਜੱਟਾ ਪਾ ਕਬੱਡੀ, ਧਾਨੇ ਜੱਟ ਦਾ ਵੀਰ ਅੱਗੇ ਮੀਆਂ ਰਾਣਾ ਜਾਫਾ, ਰਾਜਪੂਤਾਂ ਦਾ ਪੁੱਤ ਲਗਾਈ, ਰਾਣਾ ਨਾਸਰ ਸਾਹਿਬ ਚੱਕੂ ਮੋਰ ਚਾਰ ਚੱਕ ਤੋਂ ਉਪੜਿਆ, ਰਾਣਾ ਸਾਹਿਬ ਬਰਾਦਰੀ ਲੱਗੀ ਆ ਲੇਕਿਨ ਜੱਟ ਦੀਆਂ ਜਾਣੀਆਂ ਵੀ ਵੇਖ, ਉਹ ਜੱਟ ਤੇ ਰਾਣਾ, ਜੱਟ ਤੇ ਰਾਣਾ, ਅਲੀ ਗੁੱਜਰ ਛਾਦੇ ਘਨਿਆਰ ਦਾ ਸ਼ਗਿਰਦ। ਬਹੁਤ ਸ਼ੁਕਰੀਆ ਜੀ ਖਾਨਵਾਨ ਜੀ। ਕਬੱਡੀ ਪਾਉਣ ਵਾਸਤੇ ਫਾਹਦ ਡੋਗਰ, ਚੱਲ ਵੀ ਡੋਗਰਾ, ਅਲੀ ਗੁੱਜਰ, ਅਖਤਰ ਗੁੱਜਰ, ਦੋ ਕੰਨੀਆਂ ਦੇ ਦੋ ਸਕੇ ਵੀਰੇ, ਵਿੱਚ ਧਾਨਾ ਜੱਟ ਤੇ ਆਸਨ ਡੋਗਰ, ਧਾਨਾ ਜੱਟ ਲਗਾਈ, ਫਾਹਦ ਡੋਗਰ ਤੇ ਧਾਨਾ ਜੱਟ। ਬਹੁਤ ਸ਼ੁਕਰੀਆ ਜਨਾਬ ਸਾਡੇ ਨੰਗ ਬਟਾਲੇ ਤੋਂ ਚੌਧਰੀ ਰਿਆਜ਼ ਗੁੱਜਰ, ਚੌਧਰੀ ਸ਼ਾਹਦ ਗੁੱਜਰ, ਉਹਨਾਂ ਨੂੰ 2000 ਰੁਪਈਆ ਬਤੌਰ ਅਨਾਊਂਸਰ। ਬਹੁਤ ਸ਼ੁਕਰੀਆ ਚੌਧਰੀ ਰਿਆਜ਼ ਗੁੱਜਰ ਮੇਰੇ ਵੱਡੇ ਵੀਰ ਤੇ ਚੌਧਰੀ ਸ਼ਾਹਦ ਗੁੱਜਰ, ਮੁਹੱਬਤਾਂ ਦਾ ਸ਼ੁਕਰੀਆ ਜਨਾਬ, 2000 ਰੁਪਈਆ ਬਤੌਰ ਅਨਾਊਂਸਰ, ਮੁਹੱਬਤਾਂ ਦਾ ਸ਼ੁਕਰ। ਰਾਣਾ ਜਾਫਾ ਫਿਰ ਲੱਗਾ ਹੀ ਰਾਣਾ, ਅੱਜ ਤੇ ਉਸਤਾਦ ਗੁਲਾਮ ਮੁਸਤਫਾ ਡੋਗਰ ਦਾ ਰਾਣਾ ਉਸਤਾਦ ਹੋਇਆ ਜੀ, ਰਾਣਾ ਤੇ ਰਾਣਾ ਜ਼ੈਨ ਦੋਵੇਂ ਰਾਜਪੂਤਾਂ ਦੇ ਪੋਤਾ, ਦੋਵੇਂ ਰਾਜਪੂਤ, ਰਾਣਾ ਕੈਸਰ ਖਾਨ ਨੰਬਰਦਾਰ ਜੀ ਦੋਵੇਂ ਰਾਜਪੂਤ, ਇੱਕ 7 ਜੱਗ ਵਾਲਾ 34 ਜੱਗ ਵਾਲਾ ਰਾਜਪੂਤ, ਦੂਜਾ ਪੱਕੇ ਜੰਡਿਆਲੇ ਵਾਲਾ ਰਾਜਪੂਤ, ਨੰਬਰ ਹੋ ਗਿਆ ਜੀ ਰਾਣੇ ਜ਼ੈਨ ਦਾ। ਇਹ ਵੀ ਮੁੰਡਾ ਉਸਤਾਦ ਗੁਲਾਮ ਅਬਾਸ ਭੱਟ ਦਾ ਸ਼ਗਿਰਦਾ, ਲੇਕਿਨ ਨਵੀਂ ਐਂਟਰੀ ਅੱਲਾ ਪਾਕ ਇਨਸ਼ਾਲਾ ਇਨਸ਼ਾਲਾ ਇੱਕ ਦਿਨ ਖਾਲਦ ਮਹਿਰ ਜਾਨੀ ਸੁਨਿਆਰੇ ਨੂੰ ਨਾ ਹੋਊਗਾ, ਉਧਰ ਦੇ ਹੀਰਾ ਗੋਚਰ ਦੀਆਂ ਲੱਗਣੀਆਂ, ਇਹਨੂੰ ਕਹਿੰਦੇ ਗੋਗਾ ਗੁੱਜਾ, ਅਖਤਰ ਉਹ ਗੋਗਾ ਗੁੱਜਾ, ਗੋਗਾ ਗੁੱਜਾ ਤੇ ਡੋਗਰ, ਆਸਨ ਅਨਸਰ ਡੋਗਰ ਤੇ ਗੁੱਜਾ, ਅਨਸਰ ਡੋਗਰ ਤੇ ਗੁੱਜਾ, ਗੁੱਜਰ ਤੇ ਡੋਗਰ, ਗੁੱਜਰ ਤੇ ਡੋਗਰ, ਗੁੱਜਰ ਤੇ ਡੋਗਰ, ਬਸ।
ਜੀ ਜਾਨ ਸ਼ਿਕੰਜੇ ਅੰਦਰ ਤੇ ਜਿਉਂ ਵੇਲਣ ਵਿੱਚ ਕੰਨਾ ਰਾਹ ਨੂੰ ਕਾਫਰ ਰਹੇ ਮੁਹੰਮਦ ਜੇ ਹੁਣ ਰਵੇ ਤੇ ਮੰਨਾ ਜੇ ਹੁਣ ਰਵੇ ਤੇ ਮੰਨਾ ਨੰਬਰ ਹੋ ਗਿਆ ਗੋਗੇ ਗੁੱਜਰ ਦਾ ਜੀ ਆ ਗੁਜਰਾ ਨੰਬਰ ਹੋ ਗਿਆ ਗੁੱਜੇ ਗੋਗੇ ਗੁੱਜਰ ਦਾ ਕਬੱਡੀ ਪਾਉਣ ਵਾਸਤੇ ਮੀਆਂ ਸਿਆਹ ਬਹੁਤ ਸ਼ੁਕਰੀਆ ਜੀ ਚਾਰ ਚੱਕ ਤੋਂ ਰਾਜਪੂਤਾਂ ਦਾ ਪ੍ਰਧਾਨ ਚੱਕੂ ਮੋੜ ਚਾਰ ਚੱਕ ਵਾਲੇ ਆਪਣੇ ਪਿੰਡ ਬੜਾ ਵੱਡਾ ਮੇਲਾ ਕਰਾਉਂਦੇ ਆ ਕਬੱਡੀ ਦਾ ਉਹਨਾਂ ਨੂੰ 1000 ਰੁਪਈਆ ਬਤੌਰ ਅਨਾਊਂਸਰ ਸ਼ੁਕਰੀਆ ਚੱਲ ਵੀ ਡੋਗਰਾ ਆਸਨ ਡੋਗਰ ਦੀ ਕਬੱਡੀ ਕਿਹੜਾ ਮੁੰਡਾ ਡੱਟ ਪਾਊਗਾ ਕਿਹੜਾ ਮੁੰਡਾ ਡੱਕੂਗਾ ਅਲੀ ਗੁੱਜਰ ਆਪਣੇ ਚਾਰ ਸ਼ਹਿਜ਼ਾਦਿਆਂ ਲੈ ਕੇ ਖੜਾ ਨਾਸੇ ਡੋਗਰ ਲਗਾਈ ਆਸਨ ਡੋਗਰ ਤੇ ਨਾਸੇ ਡੋਗਰ ਸਰਦਾਰਾਂ ਦੇ ਪੋਤਾ ਦੋਵੇਂ ਡੋਗਰਾਂ ਦੇ ਪੁੱਤ ਹਾਏ 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 ਡੋਗਰਾਂ ਦੀ ਜੋੜ ਵੇਖੋ ਜਰਾ ਨਿੱਕੀ ਜੋੜ ਕੰਮ ਵੱਡੇ ਆ ਜਾਨੀ ਸੁਨਿਆਰਾ ਖਾਲਦ ਮਹਿਰਾ ਆਸਮ ਰਾਜਾ ਤੇ ਮੋਹਸਨ ਨਸੀਰ ਵਾਲਾ ਪੂਰਾ ਚਸ ਲੈਣ ਡੇ ਆ ਆਪਣੀ ਕੱਚੀ ਪੱਕੀ ਦੇ ਸਟੂਡੈਂਟਾਂ ਦਾ ਹਾਏ 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 ਨੰਬਰ ਹੋ ਗਿਆ ਜੀ ਨਾਸਰ ਡੋਗਰ ਦਾ ਆਸਮ ਰਾਜਾ ਜੀ ਏਦਾਂ ਕਰਨਾ ਫਿਰ ਗੱਲ ਬਣਨੀ ਆ ਕਬੱਡੀ ਪਾਉਣ ਵਾਸਤੇ ਸਕਲੈਨ ਛਿੰਦਾ ਜੱਟ ਚਲੋ ਜਟਾ ਪਾ ਹਾਂ ਯਾਰਾ ਕਬੱਡੀ ਫਾਹਦ ਗੁੱਲਾ ਖੜਾ ਹੈ ਕੰਨੀ ਤੇ ਮੀਏ ਛਾਨੀ ਅਰਗੇ ਫਾਹਦ ਗੁੱਲਾ ਲਗਾਈ ਫਾਹਦ ਗੁੱਲਾ ਉਸਤਾਦ ਗੁਲਾਮ ਮੁਸਤਫਾ ਡੋਗਰ ਦਾ ਸ਼ਹਿਜ਼ਾਦਾ ਦੂਜੇ ਪਾਸੇ ਛਾਦਾ ਕਨਿਆਰ ਅਲੀ ਗੁੱਜਰ ਦਾ ਹੀਰਾ ਸਕਲੈਨ ਛਿੰਦਾ ਜੱਟ ਤੇ ਫਾਹਦ ਓਹੋ ਹੋ ਜੱਟ ਦੀਆਂ ਜਾਣੀਆਂ ਵੇਖ ਫਾਹਦ ਗੁੱਲੇ ਦੀਆਂ ਨਿਕਲਦੀਆਂ ਵੇਖ ਜੀ ਹੋਏ ਸ਼ਹਿਜ਼ਾਦਿਆਂ ਫਾਹਦ ਗੁੱਲਾ ਤੇ ਜੱਟ ਨੰਬਰ ਹੋ ਗਿਆ ਜੀ ਫਾਹਦ ਗੁੱਲੇ ਦਾ ਨੰਬਰ ਹੋ ਗਿਆ ਪੱਕਾ ਜਨਿਆਲਾ ਬੱਬਰ ਸ਼ੇਰ ਅਕੈਡਮੀ ਦਾ ਫਾਹਦ ਗੁੱਲੇ ਇੱਧਰ ਆ ਜਰਾ ਖਾਨ ਵਾਨ ਤੇ ਭੋਲਾ ਵਾਨ ਦੋਵੇਂ ਅਵਾਰਾਂ ਦੇ ਸ਼ਹਿਜ਼ਾਦਿਆਂ ਪੁੱਤਾਂ ਲੋ ਆਪਣਾ ਆਨੰਦ ਵਾਲਾ ਜਰਾ ਕਬੱਡੀ ਪਾਉਣ ਵਾਸਤੇ ਡੋਗਰ ਆਏ ਉਹ ਭਾਈ ਢੋਲ ਵਾਲਿਆਂ ਪਿੱਛੇ ਹੋ ਜਰਾ ਥੋੜਾ ਜਿਹਾ ਗਰਾਊਂਡ ਤੇ ਪਿੱਛੇ ਹੋ ਫਾਹਦ ਡੋਗਰ ਅਲੀ ਗੁੱਜਰ ਅਲੀ ਗੁੱਜਰ ਅੱਜ ਰਾਣਾ ਬਲਾਵਲ ਸ਼ਾਹ ਦਾ ਛੱਡੋ ਜੀ ਛੱਡੋ 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 ਚੌਰੀ ਨਿਆਜ਼ ਅਹਿਮਦ ਕਮੋਕਾ ਸਾਹਿਬ ਦੀ ਵਿਸਲ ਕਿ ਨੰਬਰ ਹੋ ਗਿਆ ਫਾਹਦ ਡੋਗਰ ਦਾ ਚਲੋ ਗੁਜਰਾ ਹੱਸਾ ਗੁੱਜਰ ਆਈ ਕਬੱਡੀ ਤੇ ਚੌਥੀ ਚੱਕ ਛਾਦੇ ਘਮਿਆਰ ਦੀ ਟੀਮ ਅਲੀ ਗੁੱਜਰ ਦੀ ਟੀਮ ਦਾ ਸ਼ਹਿਜ਼ਾਦਾ ਵੀਰ ਆ ਨਿੱਕਾ ਹੱਸਾ ਗੁੱਜਰ ਹੱਸਾ ਨਰਫ ਹੱਸਾ ਗੁੱਜਰ ਲਾਗਿਆ ਮੀਆਂ ਛਾਨੀ ਤੇ ਹੱਸਾ ਗੁੱਜਰ ਮੀਆਂ ਛਾਨੀ ਤੇ ਹੱਸਾ ਗੁੱਜਰ ਓ ਹੋ ਹੋ ਇੱਕ ਪਾਸੇ ਗੁੱਜਰ ਦੂਜੇ ਪਾਸੇ ਮਹਿਰ ਮਹਿਰ ਤੇ ਗੁੱਜਰ ਮਹਿਰ ਤੇ ਗੁੱਜਰ ਸੁਫਨੇ ਅੰਦਰ ਮੈਨੂੰ ਮਾਹੀ ਮਿਲਿਆ ਤੇ ਮੈਂ ਗਲ ਵਿੱਚ ਪਾ ਲੀਆਂ ਬਾਹਾਂ ਡਰਦੀ ਮਾਰੀ ਅੱਖ ਨਾ ਖੋਲਾਂ ਕਿਤੇ ਫੇਰ ਵਿਛੜ ਨਾ ਜਾਵਾਂ ਕਿਤੇ ਫੇਰ ਵਿਛੜ ਨਾ ਜਾਵਾਂ ਅੱਜ ਆ ਗੁਜਰਾ ਆ ਗੁਜਰਾ ਦੀ ਤੇ ਕੌਮੀ ਸ਼ਹਿਜ਼ਾਦਿਆਂ ਦੀ ਆ ਇਹਨਾਂ ਦੀ ਵਜ੍ਹਾ ਤੋਂ ਨਰਗਸ ਨੇ ਹੱਜ ਕਰ ਲਿਆ ਜੀ ਉਹ ਗੁਜਰੋ ਲੋ ਜੀ ਕਬੱਡੀ ਤੇ ਛਾਦਾ ਕਮਿਆ ਤੂੰ ਮੈਂ ਕਹਿੰਦਾ ਕੌਡੀ ਪਾਉਣ ਚੱਲ ਬਣ ਜਾ ਕਬੱਡੀ ਪਾਉਣ ਵਾਸਤੇ ਅੰਸਰ ਡੋਗਰ ਸਰਦਾਰ ਗੁਲਾਮ ਮੁਸਤਫਾ ਡੋਗਰ ਦਾ ਪੋਤਾ ਅੱਗੇ ਗੋਗੇ ਅਰਗੇ ਹੀਰੇ ਖੜੇ ਆ ਧਾਨੇ ਜੱਟ ਨੂੰ ਮਾਰਿਆ ਟੱਚ ਤੇ ਨੰਬਰ ਹੋ ਗਿਆ ਅੰਸਰ ਡੋਗਰ ਦਾ ਨੰਬਰ ਹੋ ਗਿਆ ਅੰਸਰ ਡੋਗਰ ਦਾ ਬਹੁਤ ਸ਼ੁਕਰੀਆ ਜੀ ਮੀਆਂ ਅਬਦੁਲ ਰਹਿਮਾਨ ਚੌਥੀ ਚੱਕ ਤੋਂ ਉਹਨਾਂ ਨੂੰ 1000 ਰੁਪਈਆ ਅੱਗੇ ਤੇ 1100 ਰੁਪਈਆ ਮੇਰੇ ਵਾਸਤੇ ਜੀ ਯਾਰ ਦੀ ਆਲੋ ਬਹੁਤ ਸ਼ੁਕਰੀਆ ਜੀ ਮੀਆਂ ਅਬਦੁਲ ਰਹਿਮਾਨ ਟਰੈਕਟਰ ਵਾਲੇ ਮੀਏ ਜ਼ਿਆਦੇ ਵਾਲਦੇ ਮੋਹਤਰਮ ਉਹਨਾਂ ਨੂੰ 1000 ਰੁਪਈਆ ਬਤੌਰ ਅਨਾਊਂਸਰ ਸ਼ੁਕਰੀਆ ਚੌਥੀ ਚੱਕ ਕਬੱਡੀ ਪਾਉਣ ਵਾਸਤੇ ਫਾਹਦ ਡੋਗਰ ਚੱਲ ਡੋਗਰਾ ਸ਼ਹਿਜ਼ਾਦਿਆਂ ਗੋਗਾ ਗੁੱਜਰ ਅਰ ਗੋਗਾ ਗੁੱਜਰ ਲਗਾਈ ਗੋਗਾ ਗੁੱਜਰ ਤੇ ਡੋਗਰ ਲੇਕਿਨ ਨੰਬਰ ਹੋ ਗਿਆ ਫਾਹਦ ਡੋਗਰ ਦਾ ਨੰਬਰ ਸਰਦਾਰ ਗੁਲਾਮ ਮੁਸਤਫਾ ਡੋਗਰ ਦੇ ਸ਼ਹਿਜ਼ਾਦੇ ਦਾ ਰਾਣਾ ਜ਼ੈਨ ਆਇਆ ਕਬੱਡੀ ਤੇ ਰਾਣਾ ਜ਼ੈਨ ਤੇਜ਼ੀ ਬਹੁਤ ਆ ਜਾਨੀ ਸੁਨਿਆਰਾ ਜੀ ਤੁਹਾਡੇ ਇਸ ਕਲੱਬ ਦੇ ਮੁੰਡੇ ਨੂੰ ਵੇਖੋ ਕੀ ਕਰਦਾ ਰਾਣਾ ਆ ਲੱਗਾ ਮੀਆਂ ਵੈ ਇਸ ਕਲੱਬੋ ਤੇ ਰਾਣਾ ਰਾਣਾ ਤੇ ਮੀਆਂ ਇੱਕ ਪਾਸੇ ਰਾਜਪੂਤਾਂ ਦਾ ਪੋਤਾ ਦੂਜੇ ਪਾਸੇ ਮਹਿਰਾ ਦਾ ਪੁੱਤ ਜੀ ਉਹ ਸ਼ਹਿਜ਼ਾਦਿਆ ਜੀ ਉਹ ਰਾਣਾ 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 ਹੈ ਕਹਿੰਦਾ ਭਾਜੀ ਰਾਣਾ ਆ ਜੀ ਏ ਰਾਣਾ ਕੈਸਰ ਖਾਂ ਦੇਖਣ ਡਿਆ ਰਾਜਪੂਤਾਂ ਯਾ ਅੱਲਾ ਤੇਰੀ ਸਪੁਰਦੇ ਆਲੋ ਜੀ ਅਗਲਿਆਂ ਨੇ ਵੀ ਪਿਆਜ ਯਾਰ ਕੀ ਵੱਧ ਵੀ ਦਿਆ ਨੰਬਰ ਮਹਿਰਾ ਦਾ ਨੰਬਰ ਮੀਏ ਅਵੈਸ ਗਲਾਬੋ ਦਾ ਅਵੈਸ ਇੱਧਰ ਆ ਖਾਨ ਅਕਬਰ ਵੱਲੋਂ ਤੇ ਭੋਲੇ ਵਾਨ ਵੱਲੋਂ ਖਾਨ ਵਾਨ ਭੋਲਾ ਵਾਨ ਕਬੱਡੀ ਪਾਉਣ ਵਾਸਤੇ ਅੰਸਰ ਡੋਗਰ ਰਾਣਾ ਨਾਸਰ ਖਾਨ ਚਾਰ ਚੱਕ ਤੋਂ ਆਏ ਹੋਏ ਚੱਕੂ ਮੋੜ ਚਾਰ ਚੱਕ ਤੋਂ ਬਹੁਤ ਸ਼ੁਕਰੀਆ ਮੁਹੱਬਤਾਂ ਦਾ ਰਾਣਾ ਨਾਸਰ ਖਾਨ ਜੀ ਚੱਕੂ ਮੋੜ ਤੋਂ ਆਏ ਹੋਏ ਸਾਡੇ ਸ਼ਹਿਜ਼ਾਦੇ ਪ੍ਰਾਹੁਣਿਆਂ ਦੀ ਲਿਸਟ ਵਿੱਚੋਂ ਮੁਹੱਬਤਾਂ ਦਾ ਸ਼ੁਕਰੀਆ ਜਨਾਬ ਚੌਧਰੀ ਰਿਆਜ਼ ਗੁੱਜਰ ਚੌਧਰੀ ਸ਼ਾਹਦ ਗੁੱਜਰ ਬਹੁਤ ਸਾਰੀਆਂ ਮੁਹੱਬਤਾਂ ਨੰਗ ਬਣਾਲੇ ਦੇ ਇਹਨਾਂ ਗੁੱਜਰਾਂ ਦੇ ਪ੍ਰਧਾਨਾਂ ਦੀਆਂ ਭਾਈ ਮੁਹੰਮਦ ਰਿਆਜ਼ ਗੁੱਜਰ ਭਾਈ ਸ਼ਾਹਦ ਗੁੱਜਰ 2000 ਰੁਪਈਆ ਬਤੌਰ ਅਨਾਊਂਸਰ ਬਹੁਤ ਸ਼ੁਕਰੀਆ ਮੁਹੱਬਤਾਂ ਦਾ ਕਬੱਡੀ ਮੀਏ ਅਬਦੁਲ ਰਹਿਮਾਨ ਦੇ ਪੁੱਤ ਦੀ ਨੰਬਰ ਹੋ ਗਿਆ ਮੀਏ ਜ਼ਿਆਦਾ ਅਗਲੀ ਕਬੱਡੀ ਪਾਊਗਾ ਫਾਹਦ ਡੋਗਰ ਪੂਰੀ ਦੁਨੀਆ ਤੇ ਲਾਈਵ ਚੱਲਣ ਗਿਆ ਕਬੱਡੀ ਦੇ ਇਸ਼ਕ ਤੇ ਮੁਹੰਮਦ ਸ਼ਕੀਲ ਮੈਚ ਚਲਾਉਣ ਗਿਆ ਤੇ ਠੀਕ ਹੋ ਗਿਆ ਦੂਜੇ ਪਾਸੇ ਚਲਾਉਣ ਡਿਆ ਵਾ ਪੰਜਾਬੀਆਂ ਦੇ ਰੰਗ ਅਲੀ ਚੱਟ ਔਰ ਫੈਸਲਾਬਾਦ ਬਹੁਤ ਸ਼ੁਕਰੀਆ ਜਨਾਬ
ਸਾਡੇ ਚੇਅਰਮੈਨ ਰਾਣਾ ਕੈਸਰ ਅਬਾਸ ਨੰਬਰਦਾਰ, ਰਾਣਾ ਨਾਸਰ ਖਾਨ, ਰਾਣਾ ਅਤੀ, ਰਾਣਾ ਅਤੀਕ ਸਾਹਿਬ ਉਹਨਾਂ ਨੂੰ 2000 ਰੁਪਈਆ ਬਤੌਰ ਅਨਾਊਂਸਰ, ਬਹੁਤ ਸ਼ੁਕਰੀਆ ਰਾਣਾ ਅਤੀਕ ਸਾਹਿਬ, ਰਾਣਾ ਕੈਸਰ ਅਬਾਸ ਨੰਬਰਦਾਰ। ਠੀਕ ਹੋ ਗਿਆ ਲਓ ਜੀ, ਮੈਂ ਸੱਦੀ ਜਾਣਾ ਤੇ ਤੁਸੀਂ ਸਟੇਜ ਤੇ ਆਈ ਜਾਣਾ। ਹਾਫ ਟਾਈਮ ਹੋ ਗਿਆ ਜੀ, ਹਾਫ ਟਾਈਮ ਸਕੋਰ ਕੀ ਹੈ ਜੀ? ਹਾਫ ਟਾਈਮ ਤੇ ਸਕੋਰ ਦੱਸਿਓ ਜ਼ਰਾ ਇੱਕ ਵਾਰੀ। ਕਿਹਦੇ ਆ? ਕੜਿਆਲ ਦੇ ਆ ਤੇਰਾ। 34-13 ਤੇ ਪੱਕਾ ਜੰਡਿਆਲਾ 12। ਧਾੜੀ ਮਾਰੋ ਯਾਰ, ਰੱਬ ਦਾ ਵਾਰ ਹੋ ਗਿਆ। ਇਨਸ਼ਾਅੱਲਾ ਇੱਕ ਤੋਂ ਚਾਰ ਦਿਨ ਮੜੀਆਂ ਵਾਲੇ ਦਰਬਾਰ ਤੇ 50-30 ਇਨਾਮ, 50,000 ਰੁਪਈਆ ਫਸ, 30,000 ਰੁਪਈਆ ਸੈਂਗਲ, ਫੁੱਲ ਓਪਨ ਇੰਟਰਨੈਸ਼ਨਲ। ਚੱਲ ਸ਼ਦਾਦਿਆ, ਕਬੱਡੀ ਮੀਏ ਜ਼ਿਆਦੀ, ਮੀਏ ਜ਼ਿਆਦ ਨੂੰ ਲੱਗ ਗਿਆ ਮੀਆਂ ਵੈਸ ਕਲੱਬ। ਆਹ ਜਾਂਦਾ ਮੀਏ ਅਬਦੁਲ ਰਹਿਮਾਨ ਟਰੈਕਟਰ ਵਾਲੇ ਦਾ ਹੀਰਾ ਪੁੱਤ, ਨੰਬਰ ਮੀਏ ਜ਼ਿਆਦਾ। ਅਗਲੀ ਕਬੱਡੀ ਪਾਊਗਾ ਅੰਸਰ ਡੋਗਰ, ਕਰਨਲ ਰਸ਼ੀਦ ਅਹਿਮਦ ਸਾਜਾ ਸਾਹਿਬ 98 ਰੁੜਕੇ ਵਾਲੇ, ਸਾਡਾ ਅੱਜ ਮੈਚ ਲਾਈਵ ਵੇਖਣ ਵਾਸਤੇ ਆਏ ਆ। ਮੈਨੂੰ ਹੋਰ ਹੀ ਤਰ੍ਹਾਂ ਦੀ ਕਮੈਂਟਰੀ ਲੱਗਣ ਡਈ ਆ, ਲੇਕਿਨ ਫਿਰ ਵੀ ਕੰਮ ਦੇ ਨਾਲ ਇਨਸਾਫ ਹੋਣਾ ਚਾਹੀਦਾ। ਚੱਲ ਵੀ ਸ਼ਦਾ ਰਿਹਾ ਅੰਸਰ ਡੋਗਰ ਤੇ ਅਖਤਰ ਗੁੱਜਰ, ਗੁੱਜਰ ਗੁੱਜਰ ਤੇ ਡੋਗਰ, ਆਰਾਮ ਸੇ ਨੰਬਰ ਹੋ ਗਿਆ ਜੀ ਡੋਗਰ ਦਾ। ਬਹੁਤ ਸ਼ੁਕਰੀਆ ਜੀ ਸਾਡੇ ਮਲਕ ਤਾਜ ਸਾਹਿਬ, ਉਹਨਾਂ ਨੂੰ ਮੇਰੇ ਵਾਸਤੇ ਮੁਹੱਬਤਾਂ ਇਸ ਕਾਬਲ ਸਮਝਿਆ ਮਲਕ ਸਾਹਿਬ, ਬਹੁਤ ਸ਼ੁਕਰੀਆ ਮੁਹੱਬਤਾਂ ਦਾ। ਚੱਲ ਵੀ ਸਕਲੈਨ ਛਿੰਦਾ ਜੱਟ, ਫਾਹਦ ਗੁੱਲਾ, ਫਾਹਦ ਗੁੱਲੇ ਨੇ ਤਾਂ ਹਾਂ ਜੀ ਦਿੱਤਾ, ਜੱਟ ਨੇ ਲਾ ਕੇ ਮਾਰਿਆ ਫਾਹਦ ਗੁੱਲੇ ਨੂੰ, ਹਾਂ ਜੀ ਏ ਛਾਦਾ ਕੁਮਾਰ ਤੇ ਅਨੀ ਗੁੱਜਰ ਦੀਆਂ ਮਿਹਨਤਾਂ ਮੁੰਡਿਆਂ ਦੇ ਵਿੱਚੋਂ ਝਾਤੀਆਂ ਮਾਰਦੀਆਂ। ਨੰਬਰ ਹੋ ਗਿਆ ਸਕਲੈਨ ਛਿੰਦੇ ਜੱਟ ਦਾ। ਕਬੱਡੀ ਪਾਊਗਾ ਫਿਰ ਇੱਕ ਵਾਰੀ ਆਸਨ ਡੋਗਰ, ਚੱਲ ਵੀ ਭਾਈ ਨਵਾਜ਼ ਕਸਾਈ ਦੀ ਸ਼ਦਾ ਦਿਆ ਆਸਨ ਡੋਗਰ, ਧਾਨਾ ਜੱਟ, ਨਾਸਰ ਡੋਗਰ ਤੇ ਅਲੀ ਗੁੱਜਰ, ਕਿਹੜਾ ਮੁੰਡਾ ਡੱਕ ਪਾਊਗਾ? 34 ਚੱਕ ਅਲੀ ਗੁੱਜਰ ਲਗਾਈ, ਵੱਡਾ ਵੀਰ ਲਗਾਈ ਗੁੱਜਰਾਂ ਦਾ, ਗੁੱਜਰ ਤੇ ਡੋਗਰ, ਗੁੱਜਰ ਤੇ ਡੋਗਰ, ਗੁੱਜਰ ਤੇ ਡੋਗਰ। ਨੰਬਰ ਹੋ ਗਿਆ ਜੀ ਡੋਗਰ ਦਾ, ਨੰਬਰ ਹੋ ਗਿਆ ਡੋਗਰ ਦਾ। ਅੱਖ ਖੋਲੀ ਤੇ ਦੁੱਖਾਂ ਦੇ ਜਾਲ ਵੇਖੇ, ਨਾਲੇ ਹੰਡ ਦੇ ਜਿੰਦੜੀ ਨਾਲ ਵੇਖੇ, ਤੈਨੂੰ ਕੀੜੇ ਦੇ ਰਿਜ਼ਕ ਦੀ ਪਈ ਰੱਬਾ, ਅਸਾਂ ਭੁੱਖ ਤੋਂ ਵੇਖਦੇ ਬਾਲ ਵੇਖੇ। ਕਬੱਡੀ ਪਾਉਣ ਵਾਸਤੇ ਅਬਦੁਲ ਰਹਿਮਾਨ ਦਾ ਪੁੱਤ ਮੀਆਂ ਜ਼ਿਆ, ਮੀਆਂ ਅੱਛਾ ਨਹੀਂ ਲੱਗਾ ਸੀ, ਕਹਿੰਦਾ ਬਰਾਦਰੀ ਨੂੰ ਫੜੂੰਗਾ। ਜਨਾਬ ਬਾਹਰ ਗੁਲਾਮ ਮੁਸਤਫਾ ਸਿਆਲ ਸਾਹਿਬ, ਤਸ਼ਰੀਫ ਆਵੜੀ ਦਾ ਸ਼ੁਕਰੀਆ, ਸ਼ਹੀਨ ਕਬੱਡੀ ਕਲੱਬ ਦੇ ਮਹਾਨ ਪ੍ਰਮੋਟਰ ਪਾਕਿਸਤਾਨ ਦੇ ਉੱਚੇ ਸੁੱਚੇ। ਅੰਸਰ ਡੋਗਰ, ਚੱਲ ਵੀ ਸਰਦਾਰ ਗੁਲਾਮ ਮੁਸਤਫਾ ਡੋਗਰ ਦੇ ਅਸ਼ਦਾ ਦੇ ਆਪਾ ਕਬੱਡੀ, ਅੱਜ ਜਾਨੀ ਸੁਨਿਆਰੇ ਦੀਆਂ ਗੱਲਾਂ ਹੋਈਆਂ ਫਾਈਨਲ ਦੇ ਵਿੱਚ। ਅੱਜ ਖਾਲਦ ਮੈਰ ਕਨੇਡਾ, ਸਪੀਡ ਸਟਾਰ ਹਾਊਸ ਆਫ ਟਾਇਰ ਸ਼ੇਰੇ ਪੰਜਾਬ, ਸਾਬ ਕੰਬੋ ਸਾਡਾ ਹੀਰਾ, ਸਾਡਾ ਹਾਮਦ ਮੀਰ, ਅੱਜ ਉਹਦੀਆਂ ਗੱਲਾਂ ਹੋਈਆਂ ਇਨਸ਼ਾਅੱਲਾ ਇੱਥੇ ਸਾਬ ਕੰਬੋ ਦੇ ਆਸਮ ਰਾਜੇ ਦੀਆਂ। ਠੀਕ ਹੋ ਗਿਆ ਰਾਣਾ ਛਾਨੀ ਜੀ, ਬਿਸਮਿਲਾ। ਰਾਣੇ ਭਾਨੀ ਦਾ ਵੀ ਰਾਣਾ ਛਾਨੀ, ਉਸ ਵੀਰੇ ਨੂੰ ਮੇਰੇ ਵਾਸਤੇ ਮੁਹੱਬਤਾਂ, ਬਹੁਤ ਸ਼ੁਕਰੀਆ ਰਾਣਾ ਛਾਨੀ ਜੀ। ਨੰਬਰ ਹੋ ਗਿਆ ਜੀ ਅੰਸਰ ਡੋਗਰ ਦਾ। ਕਬੱਡੀ ਪਾਊਗਾ ਹੱਸਾ ਗੁੱਜਰ, ਚਲੋ ਗੁਜਰਾ ਪਾ ਕਬੱਡੀ ਛਦਾ ਦਿਆ ਹੱਸਾ ਗੁੱਜਰ, ਤਿੰਨ ਵੀਰੇ ਕੌਡੀ ਖੇਡਣ ਡਏ ਆ, ਗੋਗਾ ਗੁੱਜਰ, ਅਲੀ ਗੁੱਜਰ ਤੇ ਹੱਸਾ ਗੁੱਜਰ, ਲੱਗਾ ਜੀ ਫਾਹਦ ਗੁੱਲਾ, ਲੇਕਿਨ ਪਰਾ ਹੋ ਗੁਜਰਾ ਦੀਆਂ ਲੱਤਾਂ ਚੁੱਕਣੀਆਂ ਸੌਖੀ ਗੱਲ ਆ, ਹਰਾ ਪਾਇਆ ਤੇ ਚਿੱਟਾ ਚੋਇਆ, ਸਿੱਧ ਵਿਆਹ ਕੇ ਛੱਡੀ, ਪੁੱਤ ਗੁਜਰਾਂ ਦਾ ਖੇਡਣ ਆਇਆ ਪਿੰਡ ਵਿੱਚ ਅੱਜ ਕਬੱਡੀ। ਕਬੱਡੀ ਪਾਊਗਾ ਡੋਗਰਾਂ ਦਾ ਪੁੱਤ ਫਾਹਦ ਡੋਗਰ, ਅਸਾਂ ਖੇਡੀਆਂ ਕਬੱਡੀਆਂ ਵਾਂਗ ਪਹਾੜ ਤਾਈਓ ਹੋ ਗਈ, ਅਲੀ ਗੁੱਜਰ, ਅਲੀ ਗੁੱਜਰ ਨੇ ਪੁੱਠੀ ਪਾਈ ਆ, ਅਲੀ ਗੁੱਜਰ ਤੇ ਡੋਗਰ, ਗੁੱਜਰ ਤੇ ਡੋਗਰ, ਗੁੱਜਰ ਤੇ ਡੋਗਰ, ਗੁੱਜਰ ਤੇ ਡੋਗਰ, ਲੱਜਪਾਲ ਪ੍ਰੀਤਾਂ ਨੂੰ ਤੋੜਦੇ ਨਹੀਂ, ਉਹ ਜਿਹਦੀ ਬਾਂਹ ਫੜ ਲੈਣ ਉਹਨੂੰ ਛੋੜਦੇ ਨਹੀਂ, ਸੋਹਣਾ ਕਾਬੂ ਕੀਤਾ ਹੋਇਆ ਅਲੀ ਗੁੱਜਰ, ਅਲੀ ਗੁੱਜਰ ਤੇ ਫਾਹਦ ਡੋਗਰ, ਗੁੱਜਰ ਤੇ ਡੋਗਰ, ਹਾਂਜੀ ਇਹ ਗੁਜਰਾ। ਨੰਬਰ ਹੋ ਗਿਆ ਅਲੀ ਗੁੱਜਰ ਦਾ। ਉਹ ਭਾਈ ਜਾਨ ਜਿਹੜੇ ਸਟੇਜ ਤੇ ਪਿੱਛੋਂ ਚੜ੍ਹਨ ਡਏ ਆ ਨਾ, ਉਹ ਪਿੱਛੋਂ ਮਗਰੋਂ ਲੈ ਜਾਓ, ਸਟੇਜ ਦੇ ਮਗਰੋਂ ਲੈ ਜਾਓ, ਮੀਆਂ ਜ਼ਿਆ ਆਇਆ ਕਬੱਡੀ ਤੇ, ਭਾਈ ਜਾਨ ਜਿਹੜੇ ਪਿੱਛੋਂ ਚੜ੍ਹ ਲਏ ਹੋ ਪਿੱਛੇ ਰਹੋ, ਹਾਲਾਂਕਿ ਪਿੱਛੋਂ ਚੜ੍ਹਨਾ ਗਨਾਹ ਹੁੰਦਾ, ਚੱਲ ਵੀ ਮੀਆਂ ਜ਼ਿਆ, ਮੀਆਂ ਜ਼ਿਆ ਅੱਗੇ, ਰਾਣਾ 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 ਜਾਫਰ ਤੇ ਮੀਆਂ ਜ਼ਿਆ, ਰਾਣਾ ਤੇ ਮੂੰਹ ਹੋਇਆ, ਇਹਦੇ ਮੁੱਕਾ ਕਿਉਂ ਮਾਰਿਆ ਰਾਣਾ, ਉਹਦਾ ਰੰਗ ਚਿੱਟਾ ਤਾਂ ਕਰ, ਇੱਕ ਮੁੰਡਾ
ਜ਼ੋਰ ਦੇ ਰੰਗ ਬਾਬਾ ਜੀ ਕਿੱਥੇ ਆ ਗਏ ਝੋਲੀ ਚ ਕਿਤੇ ਮੈਂ ਲੱਗੇ ਸਰਦਾਰ ਗਲਾਂ ਅੱਛਾ ਥੱਲੇ ਮੈਂ ਥੱਲੇ ਬਿਸਮਿਲਲਾਹ ਬਾਬਾ ਜੀ ਬਿਸਮਿਲਲਾਹ ਆ ਦੇਖਿਓ ਯਾਰ ਖਿਆਲ ਬਾਬਾ ਜੀ ਹੁਣ ਮੈਂ ਹੁਣ ਕੀ ਕਰਨਾ ਉਹ ਭਾਜੀ ਸਟੇਜ ਦੇ ਪਿੱਛੋਂ ਨਾ ਆਓ ਮੈਂ ਕਿਹੜਾ ਉਹਨਾਂ ਦੀ ਅੰਮੀਆਂ ਵੀ ਮੇਰਾ ਬਹੁਤ ਕਹਿਣਾ ਮੰਨਦੇ ਪਿੱਛੋਂ ਬੰਦਾ ਚੜੋ ਕੋਈ ਇੱਕ ਜਣਾ ਉਹ ਭਾਜੀ ਪਿੱਛੋਂ ਨਾ ਬੰਦੇ ਚੜੋ ਹਲੋ ਵੀਰ ਜੀ ਥੱਲੇ ਹੋ ਜਾਓ ਬਰਾ ਮਿਹਰਬਾਨੀ ਥੱਲੇ ਹੋ ਜਾਓ ਸਟੇਜ ਦੇ ਪਿਛਲੇ ਪਾਸੋਂ ਲਾ ਜਾਓ ਪਿੱਛੇ ਚੱਲ ਵੀ ਹੱਸਾ ਅੱਜੀ ਓਏ ਸਕਲਾਨ ਛਿੰਦਾ ਜੱਟ ਤੇ ਮੀਆਂ ਸ਼ਾਨੀ ਜੱਟ ਤੇ ਮੀਆਂ ਇੱਕ ਪਾਸੇ ਮਹਿਰਾ ਦਾ ਪੁੱਤ ਦੂਜੇ ਪਾਸੇ ਜੱਟ ਜੱਟ ਤੇ ਮਹਿਰ ਜੱਟ ਤੇ ਮਹਿਰ ਜੱਟ ਤੇ ਮਹਿਰ ਜੱਟ ਤੇ ਮਹਿਰ ਸਕਲਾਨ ਛਿੰਦਾ ਜੱਟ ਤੇ ਮਹਿਰ ਨੰਬਰ ਹੋ ਗਿਆ ਜੀ ਛਿੰਦੇ ਜੱਟ ਦਾ ਨੰਬਰ ਹੋ ਗਿਆ ਆਏ ਹਾਏ ਹਾਏ ਛਾਦੇ ਘਮਿਆਰ ਦੀਆਂ ਗਾਲਾਂ ਘਿਓ ਦੀਆਂ ਨਾਲਾਂ ਸਾਡੇ ਇਸਤਾਂ ਨੇ ਲੱਜਾਂ ਦੇ ਪ੍ਰਾਹੁਣੇ ਜਿਹਨਾਂ ਚੋਰੀ ਨੱਕੀ ਕਲੋਕਾਂ ਆਪਣੇ ਸੱਜਣਾ ਬੇਲੀਆਂ ਨੂੰ ਲੈ ਕੇ ਅਪੜਿਆ ਅਵੈਸ ਖਿੱਚੀ ਮਾਇਆ ਤੇ ਸਾਡੇ ਪਾਕਿਸਤਾਨ ਤਹਿਸੀਲ ਜੜਾ ਵਾਲੇ ਦਾ ਰਾਜਪੂਤਾਂ ਦਾ ਪ੍ਰਧਾਨ ਪੁੱਤ ਰਾਣਾ ਨਾਸਰ ਖਾਨ ਚੌਕ 236 ਕਿਲਿਆਂ ਵਾਲੇ ਤੋਂ ਉਹਨਾਂ ਦੇ ਨਾਲ ਤਾਹਰ ਪਠਾਨ ਸਾਡਾ ਹਾਕੀ ਦਾ ਸਟਾਰ ਦੁਨੀਆ ਦਾ ਉਹਨਾਂ ਦੇ ਨਾਲ ਸਾਡੇ ਰਾਣਾ ਇਮਰਾਨ ਮਾਂਜ ਯੂਥ ਦਾ ਸਦਰ ਇਨਸ਼ਾਅੱਲਾ ਇਨਸ਼ਾਅੱਲਾ ਐਮਪੀਏ ਰਾਣਾ ਕੈਸਰ ਅਬਾਸ ਨੰਬਰਦਾਰ ਰਾਣਾ ਅਤੀਕੁਰ ਰਹਿਮਾਨ ਮਲਕ ਤਾਜ ਇਹ ਸਾਡੇ ਇਸਤਾਂ ਦੇ ਲਜਾਲੇ ਪ੍ਰਾਹੁਣੇ ਖਾਨ ਅਵਾਨ ਤੇ ਅਕਬਰ ਅਵਾਨ ਇਹ ਅਕਬਰ ਭੋਲਾ ਅਵਾਨ ਤੇ ਖਾਨ ਅਵਾਨ ਇਹ ਸਾਡੇ ਇਸਤਾਂ ਦੇ ਲਜਾਲੇ ਪ੍ਰਾਹੁਣੇ ਆਪਣੇ ਬਹੁਤ ਸ਼ੁਕਰੀਆ ਜਨਾਬ ਇਹਨਾਂ ਪ੍ਰਾਹੁਣਿਆਂ ਦਾ ਅੱਜ ਜਦੋਂ ਮੈਚ ਮੁੱਕੂਗਾ ਨਾ ਇਨਸ਼ਾਅੱਲਾ ਮੁਕੰਮਲ ਤਾਰਫ ਪ੍ਰਾਹੁਣਿਆਂ ਦਾ ਹੋਊਗਾ ਕਬੱਡੀ ਪਾਉਣ ਵਾਸਤੇ ਆਸਨ ਡੋਗਾ ਭਾਈ ਸ਼ਕੀਲ ਬੈਨ ਜੀ ਕੀ ਕਰੀਏ ਘਰ ਵਾਲਿਆਂ ਦਾ ਜੋ ਹੁਕਮ ਉਹ ਵੀ ਕਰਨਾ ਪੈਂਦਾ ਮੈਚ ਦੇ ਵਿੱਚ ਚੱਲ ਵੀ ਆਸਨ ਡੋਗਰ ਸ਼ਹਿਜ਼ਾਦਿਆ ਧਾਨਾ ਜੱਟ ਧਾਨਾ ਜੱਟ ਲਗਾਈ ਧਾਨਾ ਜੱਟ ਬਹੁਤ ਸ਼ੁਕਰੀਆ ਜੀ ਰਾਣਾ ਇਮਰਾਨ ਮਾਂਜਲ ਨੂੰ 1000 ਰੁਪਈਆ ਪਾਕਿਸਤਾਨੀ ਤੇ 100 ਰਿਆਲ ਸਾਊਦੀ ਅਰਬ ਦੇ ਬਹੁਤ ਸ਼ੁਕਰੀਆ ਜੀ ਰਾਣਾ ਇਮਰਾਨ ਮਾਂਜ ਤਾੜੀ ਮਾਰ ਦਿਓ ਯਾਰ ਪੈਸੇ ਤੇ ਮੈਨੂੰ ਮਿਲੇ ਤੁਸੀਂ ਤਾੜੀ ਇਕੱਲੀ ਮਾਰ ਦਿਓ ਅੱਛਾ ਏਦਾਂ ਨਹੀਂ ਮੈਂ ਅਗਲੀ ਗੱਲ ਮੈਂ ਬਾਅਦ ਚ ਕਰਦਾ ਹਾਂ ਮੈਚ ਮੁੱਕ ਜੇ ਜੀ ਓਏ ਹੱਸਾ ਗੁੱਚਾ ਗੁੱਚਰ ਤੇ ਮੀਆਂ ਗੁੱਚਰ ਤੇ ਮੀਆਂ ਨੰਬਰ ਹੋ ਗਿਆ ਜੀ ਮੀਆਂ ਬਸ ਕਰ ਬਸ ਕਰ ਬਸ ਕਰ ਈਜ਼ੀ ਬੰਦਿਆਂ ਦੇ ਵਿੱਚ ਨਾ ਧੱਕਾ ਦਿਆ ਕਰੋ ਖੁਦਾ ਨਾ ਖਾਸਤਾ ਕਹਿੰਦੇ ਸੱਟ ਲੈ ਯਾਰ ਉਹਨੂੰ ਆਪਣੇ ਮਾਂ ਪਿਓ ਦੀ ਸਹੁੰ ਲੱਗੇ ਜਿਹੜਾ ਤਾੜੀ ਨਾ ਮਾਰੇ ਤਾੜੀ ਮਾਰੋ ਸਾਡੇ ਪ੍ਰਾਹੁਣਿਆਂ ਵਾਸਤੇ ਬਹੁਤ ਸ਼ੁਕਰੀਆ ਚੱਲ ਵੀ ਕਬੱਡੀ ਪਾ ਹਾਂ ਜਰਾ ਅੰਸਰ ਡੋਗਰ ਕੀ ਹੋ ਗਿਆ ਜੀ ਚੱਲ ਵੀ ਅੰਸਰ ਡੋਗਰ ਉਹ ਜਾਫੀ ਤੇ ਖੜੇ ਹੋਵੋ ਉਹ ਜਾਫੀ ਤੇ ਖੜੇ ਹੋਵੋ ਉਹਨਾਂ ਦੇ ਨਾਲ ਇੱਕ ਵੱਡਾ ਨਾਂ ਇਸ ਇਲਾਕੇ ਦਾ ਜਨਾਬ ਕਰਨਲ ਅਬਦੁਲ ਰਸ਼ੀਦ ਸਾਜਦ ਸਾਹਿਬ 98 ਰੁੜਕੇ ਵਾਲੇ ਇਹ ਸਾਡੇ ਇਸਤਾਂ ਵਾਲੇ ਲੱਜਾ ਵਾਲੇ ਸਟੇਜ ਦੀ ਜ਼ੀਨਤ ਬਣੇ ਹੋਏ ਪ੍ਰਾਹੁਣੇ ਬਹੁਤ ਸ਼ੁਕਰੀਆ ਤਸ਼ਰੀਫ ਆਵਰੀ ਦਾ ਅਲੀ ਗੁੱਜਰ ਤੇ ਅੰਸਰ ਡੋਗਰ ਨੰਬਰ ਹੋ ਗਿਆ ਜੀ ਅੰਸਰ ਡੋਗਰ ਦਾ ਨੰਬਰ ਬੱਬਰ ਸ਼ੇਰ ਅਕੈਡਮੀ ਦਾ ਕਬੱਡੀ ਪਾਊਗਾ ਮੀਆਂ ਜ਼ਿਆ ਚੱਲ ਵੀ ਮੀਆਂ ਜ਼ਿਆ ਸ਼ਹਿਜ਼ਾਦਿਆ ਰਾਣਾ ਜਾਫਰ ਖੜਾਈ ਮੀਆਂ ਛਾਨੀ ਖੜਾਈ ਅੱਗੇ ਮੀਆਂ ਵੈਸ ਗਲਾਪੋ ਅੱਗੇ ਫਾਹਦ ਗੁੱਲਾ ਕਿਹੜਾ ਮੁੰਡਾ ਲੱਗੂਗਾ ਮੀਆਂ ਵੈਸ ਗਲਾਪੋ ਲਗਾਈ ਮੀਆਂ ਵੈਸ ਆ ਜਾਂਦਾ ਮੀ ਅਬਦੁਲ ਰਹਿਮਾਨ ਦਾ ਪੁੱਤ ਚੌਕੀ ਚੱਕ ਰਾਣੇ ਆਫਤਾਬ ਦੇ ਪਿੰਡ ਦਾ ਹੀਰਾ ਕਾਰਡ ਡਿੱਗਿਆ ਯਾਰ ਥੱਲੇ ਫੜਾਈ ਤੇ ਨਾਲ ਮੇਰੇ ਕੋਲ ਹੀ ਆ ਵੀਰੇ ਨਾਲ ਲੱਭੀ ਮੇਰੀ ਝੋਲੀ ਥੱਲੇ ਕਬੱਡੀ ਪਾਉਣ ਵਾਸਤੇ ਆਸਨ ਡੋਗਰ ਚੱਲ ਡੋਗਰਾ ਸ਼ਹਿਜ਼ਾਦਿਆ ਪੰਜਾਬੀਆਂ ਦੇ ਮੱਥੇ ਦਾ ਤੂੰ ਟਿੱਕਾ ਨਹੀਂ ਕਬੱਡੀਏ ਖੇਡੇ ਤੈਨੂੰ ਵੱਡਾ ਨਾਲੇ ਨਿੱਕਾ ਨਹੀਂ ਕਬੱਡੀਏ ਪੈਂਦੇ ਵੇਖ ਪੱਪਾ ਭਾਰ ਭੰਗੜੇ ਮੈਦਾਨ ਵਿੱਚ ਵੱਜੇ ਜਦੋਂ ਤੇਰਾ ਚੌਕਾ ਛਿੱਕਾ ਨਹੀਂ ਕਬੱਡੀਏ ਵੱਜੇ ਜਦੋਂ ਤੇਰਾ ਚੌਕਾ ਛਿੱਕਾ ਨਹੀਂ ਕਬੱਡੀਏ ਚੌਕੇ ਛਿੱਕੇ ਵੱਜਦੇ ਹੋਏ ਨਾਗ ਬਡਾਲੇ ਦੀ ਧਰਤੀ ਕਰਮਾਂ ਵਾਲੀ ਭਾਗਾਂ ਵਾਲੀ ਧਰਤੀ ਕਬੱਡੀ ਪਾਉਣ ਵਾਸਤੇ ਸਕਲੈਨ ਛਿੰਦਾ ਜੱਟ ਬਹਿ ਜਾ ਪੁੱਤ ਬਹਿ ਜਾ ਕਿਤੇ ਸਕਲੈਨ ਛਿੰਦਾ ਅਨੂ ਲਾ ਯਾਰ ਥੱਲੇ ਹਮਦ ਸਕਲੈਨ ਛਿੰਦੇ ਜੱਟ ਨੂੰ ਕਿਹੜਾ ਮੁੰਡਾ ਲੱਗੂਗਾ ਮੀਆਂ ਵੈਸ ਗਲਾਬੋ ਲਗਾਈ ਲੇਕਿਨ ਉਹ ਜਾਂਦਾ ਹੀ ਅਲੀ ਗੁੱਜਰ ਕਬੱਡੀ ਕਲੱਬ ਦਾ ਸ਼ਰਦਾਰ ਦਾ ਨੰਬਰ ਹੋ ਗਿਆ ਜੀ ਸਕਲੈਨ ਛਿੰਦੇ ਜੱਟ ਦਾ ਕਬੱਡੀ ਪਾਊਗਾ ਸਰਦਾਰਾਂ ਦਾ ਪੁੱਤ ਸਰਦਾਰ ਅੰਸਰ ਡੋਗਰ ਅੱਜ ਵੇਖੀ ਜਾਵੀ ਸੱਜਣਾ ਦਿਲ ਵੇਖ ਵੇਖ ਨਹੀਂ ਰੱਜਣਾ ਵੱਧ ਦਿਲ ਦੀਆਂ ਧੜਪਾਂ ਹੋਣੀਆਂ ਸ਼ੇਰਾਂ ਦੀਆਂ ਝੜਪਾਂ ਹੋਣੀਆਂ ਸ਼ੇਰਾਂ ਦੀਆਂ ਝੜਪਾਂ ਹੋਣੀਆਂ ਆ ਲੱਗਾ ਜੀ ਧਾਨਾ ਜੱਟ ਧਾਨਾ ਜੱਟ ਨਵਾਜ਼ ਜੱਟ ਦਾ ਪੁੱਤ ਲੱਗਾ ਸੀ ਲੇਕਿਨ ਨੰਬਰ ਹੋ ਗਿਆ ਅੰਸਰ ਡੋਗਰ ਦਾ ਚੱਲ ਵੀ ਮੀਆਂ ਜ਼ਿਆ ਭਾਈ ਨਵਾਜ਼ ਕਸਾਈ ਅੱਡੀਆਂ ਚੌਕੇ ਮਾਣ ਕਰਦਾ ਪੁੱਤਰਾ ਤੇਰੇ ਤੇ ਮੀਆਂ ਜ਼ਿਆ ਆਇਆ ਕਬੱਡੀ ਤੇ ਅਬਦੁਲ ਰਹਿਮਾਨ ਦਾ ਪੋਤਾ ਟਰੈਕਟਰ ਵਾਲੇ ਦਾ ਮਹਿਰਾ ਦਾ ਪੋਤਾ ਮਹਿਰਾ ਦੇ ਪੁੱਤ ਨੂੰ ਮਾਰਿਆ ਤਾਂ ਚਮੀਏ ਸ਼ਾਨੀ ਨੂੰ ਉਸਤਾਦ ਗੁਲਾਮ ਮੁਸਤਫਾ ਡੋਗਰ ਦੇ ਸ਼ਾਗਿਰਦ ਨੂੰ ਨੰਬਰ ਹੋ ਗਿਆ ਮੀਏ ਜ਼ਿਆਦਾ ਅਗਲੀ ਕਬੱਡੀ ਪਾਉਣ ਵਾਸਤੇ ਆਸਨ ਡੋਗਰ ਆਸਨ ਡੋਗਰ ਬੱਬਰ ਸ਼ੇਰ ਅਕੈਡਮੀ ਸਰਦਾਰ ਅਸ਼ਰਫ ਡੋਗਰ ਨੰਬਰਦਾਰ ਸਰਦਾਰ ਗੁਲਾਮ ਮੁਸਤਫਾ ਡੋਗਰ ਦਾ ਹੀਰਾ ਸ਼ਾਗਿਰਦ ਧਾਨਾ ਜੱਟ ਗੋਗਾ ਗੁੱਜਰ ਇਹ ਧਾਨਾ ਜੱਟ ਲਗਾ ਜੀ ਧਾਨਾ ਜੱਟ ਤੇ ਆਸਨ ਡੋਗਰ ਹਾਏ 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 ਜੀਓ ਡੋਗਰਾ ਜੀਓ ਜੱਟਾ ਜੱਟ ਤੇ ਡੋਗਰ ਜੱਟ ਤੇ ਡੋਗਰ ਡੋਗਰ ਜੱਟ ਹਾਏ ਯਾਰੀ ਜੱਟ ਦੀ ਤੇ
कभी तोड़ चढ़ते भी घट ही वेखे नवाज कसाई जी भाई नवाज कसाई वे पंच चक दो नंबर हो गया जी धाने जट का जी अजटा नंबर हो गया धाने जट का अगली कबड्डी धाने जट का निका वीर सिकलैन छिंदा जट चलो जटा खानवान ते अकबर भोलावान राणा आतफ जी बहुत शुक्रिया कबड्डी पाने वास्ते सिकलैन छिंदा जट सिकलैन छिंदे जानू लग गया फाहद गुल्ला ते सिकलैन जट जट ते गुल्ला मेरा ना पुत फाहद गुल्ला मेर फाहद गुल्ला ते जट मेर ते जट मेर ते जट 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 नंबर जट दा जानी सुनियारा पूरा चस लैन दिया निके मुंडे की कबड्डी साढ़े पाकिस्तान का हीरा उन्होंने नाल हाउस ऑफ टैर शेरे पंजाब साढ़े हामद मीर का शहजादा साहब कंबोदा आसम राजा मोहसन नसीर वाला पंचा कमालपुर का मान उस्ताद गुलाम अब्बास भट्ट का शेर स्पीड स्टार खालिद मैर अज वे मैच का स्वाद आता चल भी राणा जाफर ते मियां सिया ब्लैक एंड व्हाइट एक सिंगड़ा रेड एंड व्हाइट आ कबड्डी है ब्लैक एंड व्हाइट आज ये राणा जाफर नूं अल्लाह पाक सलामत रखे मगरम तो बाद नजर ही नहीं आता जी और राजपूता कबड्डी फाहद डोगर दी फाहद डोगर दी हाँ जी और राणा अकरम चाचा साडा चाचा सोटी दे पकाने लाए होंगे हूं 2000 की दिहाड़ी भर देनी कबड्डी पाने वास्ते फाहद डोगा सरदारा का पुत गया ही हसना नहीं थे नासा डोगर लगा सी नंबर हो गया जी फाहद डोगर का नंबर हो गया फाहद डोगर का अगली कबड्डी केड़ा मुंडा पाऊगा गुजरा का पुत पाऊगा चलो गुजरा पा कबड्डी मैच मैच मुक गया की पॉइंट आ जी एक पॉइंट तो चौकी चक जित गया वो ताड़ी रब का वास्ता इदा ना मैच कितने हुंदा वा वो ताड़ी मार दो शादा कमियार जी उस्ताद काले खान जी बटन बंद कर लो मुबारक होवे।